ਵੱਡੇ ਬਿਜ਼ਨਸ ਹੈ। ਆ ਮੁੰਡੇ ਦਾ ਕਹਿੰਦੇ ਇੰਤਜ਼ਾਰ ਦੁਨੀਆ ਕਰ ਰਹੀ ਸੀ ਵੀ ਤੁੱਲਾ ਕਦੋਂ ਆਵੇਗਾ। ਇਹ ਸਾਦਲਵਾਰ ਦਾ ਬਿੱਲਾ ਨੀ, ਇਹ ਤੁੱਲਾ ਸੁਰਖਪੁਰੀਆ ਨੀ, ਇਹ ਤੁੱਲਾ ਫਰਿਜਨੋ ਵਾਲਾ ਨੀ, ਇਹ ਪੱਕਿਆਂ ਵਾਲਾ ਬਿੱਲਾ ਹੈ। ਇਹ ਪੱਕਿਆਂ ਵਾਲਾ ਬਿੱਲਾ ਜਿਹੜਾ ਕਿ ਇੰਡੀਆ ਦੇ ਵਿੱਚ ਆਇਆ ਤੇ ਧੁੰਮ ਪਈ ਹੋਈ ਹੈ। ਸੁੱਖ ਭੋਰੀਆ ਦੀ ਗੱਲ ਕਰਨਗੇ ਅਗਲੀ ਪੋਲੀ ਹੋਈ ਰੇਡ ਦੇ ਉੱਪਰ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿ ਨਾ ਕੋਈ ਉਹਨਾਂ ਵਰਗਾ ਹੋਇਆ, ਨਾ ਕੋਈ ਉਹਨਾਂ ਵਰਗਾ ਹੋਣਾ, ਕਿ ਜੁਗਾ ਜੁਗਾ ਤੱਕ ਚੱਲਦੀਆਂ ਗੱਲਾਂ ਰਹਿਣਗੀਆਂ ਉਸ ਦਸ਼ਮੇਸ਼ ਦੀਆਂ। ਕਿ ਕੌਣ ਕਰੂਗਾ ਰੀਤਾਂ ਗੱਲ ਕੀਤਾ ਦਸ਼ਮੇਸ਼ ਦੀਆਂ। ਜ਼ਿਲ੍ਹੇ ਜਲੰਧਰ ਦਾ ਕਹਿੰਦੇ ਮੰਨਿਆ ਪਰਮੰਨਿਆ ਪਿੰਡ ਹੈ ਨਮਾਜ਼ੀਪੁਰ। ਮੇਰੇ ਵੀਰੋ, ਮਹਾਨ ਕਬੱਡੀ ਦੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ, ਮਹਾਨ ਕਬੱਡੀ ਦੇ ਪ੍ਰਮੋਟਰਾਂ ਦਾ ਪਿੰਡ ਹੈ ਨਮਾਜ਼ੀਪੁਰ। ਲਓ ਦੋਨਾਂ ਟੀਮਾਂ ਦੇ ਦਰਮਿਆਨ ਕਹਿੰਦੇ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ, ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਕੱਪ ਖੇਡਿਆ ਜਾ ਰਿਹਾ ਹੈ ਅੱਜ ਇਸ ਨਮਾਜ਼ੀਪੁਰ ਪਿੰਡ ਦੇ ਵਿੱਚ। ਤੇ ਕਹਿੰਦੇ ਤੇ ਦੁਨੀਆ ਦੇ ਵਿੱਚ ਵੱਖਰੀ ਧੁੰਮ ਪਈ ਹੋਈ ਨਮਾਜ਼ੀਪੁਰ ਦੇ ਕਬੱਡੀ ਕੱਪ ਦੀ। ਲਓ ਮਨਿੰਦਰ ਸਰਾਮ ਵਾਲਾ ਰੇਡ ਤੇ ਆ ਮੇਰੇ ਵੀਰੋ, ਇਹ ਪੱਟਾਂ ਦੇ ਨਾਲ ਪਾਟਣੇ ਖੇਡੇ ਟਾਲਿਆਂ ਨੂੰ ਯਾਰੋ ਹੱਥ ਨਾ ਪੈਂਦੇ। ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛ ਰਿਹਾ ਕਿ ਗੱਜ ਗੱਜ ਚੌੜੀਆਂ ਛਾਪੀਆਂ ਵਾਲੇ ਜਦੋਂ ਵਿੱਚ ਮੈਦਾਨ ਦੇ ਮੁੱਕਦੇ ਆ। ਇਹ ਆਨੰਦਪੁਰ ਸਾਹਿਬ ਦੇ ਏਰੀਏ ਦਾ ਹੈ ਮਨਵਿੰਦਰ, ਹੈ ਜਿਹਨੇ ਲੀਗ ਵੀ ਖੇਡੀ ਹੈ ਤੇ ਜਿਹਨੇ ਕਹਿੰਦੇ ਵਰਲਡ ਕੱਪ ਦੇ ਵਿੱਚ ਵੀ ਪੱਲੇ ਬੱਲੇ ਕਰਵਾਈ ਹੈ। ਦੋ ਨੰਬਰ ਦੇ ਕਹਿੰਦੇ ਮੂਲੇ ਵਾਲੇ ਖਹਿਰੇ ਦੇ ਸਰਪੰਚਾਂ ਦਾ ਮੁੰਡਾ, ਨਾਲ ਕਹਿੰਦੇ ਸ਼ਕਤੀਮਾਨ ਚਾਰ ਜਾਫੀ ਪੱਟਾਂ ਦੇ ਥਾਪੀਆਂ ਮਾਰ ਰਹੇ ਹੈ। ਉੱਧਰ ਕਹਿੰਦੇ ਕਬੱਡੀ ਦੇ, ਜਿਵੇਂ ਕਬੱਡੀ ਦੇ ਵਿੱਚ ਬਾਪੂ ਜੀ ਵੀ ਕਹਿੰਦੇ ਤੇ ਅੰਕਲ ਜੀ ਵੀ ਦੁਨੀਆ ਕਹਿੰਦੀ ਹੈ, ਸਰਦਾਰ ਸੁਰਜਣ ਸਿੰਘ ਜੀ ਚੱਠਾ ਸਾਹਿਬ ਆਏ ਹੋਏ ਹੈ। ਬੜੀ ਉੱਚੀ ਤੇ ਸੁੱਚੀ ਸ਼ਿਕਸ਼ੀ ਹੈ, ਮੈਂ ਕਹਿੰਦੇ ਬੜਾ ਪਿਆਰਾ ਨਾਂ ਕਬੱਡੀ ਨੂੰ ਮਿਲ ਗਿਆ। ਸੱਚੇ ਪਾਤਸ਼ਾਹ ਤਰੱਕੀਆਂ ਦੇਵੇ, ਲੰਬੀ ਉਮਰਾਂ ਦੇਵੇ। ਆ ਮੁੰਡੇ ਦਾ ਪਿੰਡ ਕਹਿੰਦੀ ਉਹ ਸੜਕ ਤੇ ਹੈ ਜਿਹੜੀ ਸੜਕ ਜੰਮੂ ਤੇ ਜਲੰਧਰ ਨੂੰ ਜੋੜਦੀ ਹੈ, ਜਿਹੜੀ ਸੜਕ ਕਹਿੰਦੇ ਜੰਮੂ ਤੇ ਜਲੰਧਰ ਨੂੰ ਜੋੜਦੀ ਹੈ। ਇਹ ਹੈ ਕਹਿੰਦੇ ਨੌਜਵਾਨ ਬਪਾਰਪੁਰੀਆ ਤਰਿੰਦਰਜੀਤ ਸਿੰਘ। ਤਰਿੰਦਰਜੀਤ ਆਖਾਂਗੇ ਦੁਨੀਆ ਨਹੀਂ ਗਾਣੇਗੀ, ਜੇ ਆਖਾਂਗੇ ਟਰੈਕਟਰਾਂ ਦਾ ਜੇਤੂ, ਗੱਡੀਆਂ ਦਾ ਜੇਤੂ, ਮੋਟਰਸਾਈਕਲਾਂ ਦਾ ਜੇਤੂ, ਮਿੰਨੀ ਕਬੱਡੀ ਪਾਲਿਆ ਤੋਂ ਪੱਕੇ ਪੱਕੇ ਨੂੰ ਪਤਾ ਲੱਗ ਜਾਣਾ ਮੇਰੇ ਮਿੱਤਰੋ। ਛਿੰਡੇ ਨੇ ਕਹਿੰਦੇ ਤਕੜਾ ਜੱਫਾ ਲਾਇਆ ਮੇਰੇ ਵੀਰੋ, ਜਿਹਨੂੰ ਜਿਹਨੂੰ ਛਿੰਡੇ ਨਾਲ ਜੱਫਾ ਵਧੀਆ ਲੱਗਿਆ ਤਾੜੀ ਜ਼ੋਰਦਾਰ ਮਾਰਨਗੇ। ਕਹਿਣ ਬੱਲੇ ਬੱਲੇ ਕਰਵਾ ਦਿੱਤੀ ਹੈ ਗੋਪਾਲਪੁਰੀਆਂ ਨੰਦੀ ਹੈ, ਕਹਿੰਦੇ ਝੋਟੇ ਜਿੰਨੀ ਜਾਨ ਵਾਲਾ ਮੇਰੇ ਵੀਰੋ। ਇਸੇ ਟੀਮ ਦੇ ਸਪੌਂਸਰ ਭੂਰਾ ਲੋਧੀ ਜੀ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਬੂਟਾ ਲੋਧੀ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੀਆਂ ਸ਼ਖਸੀਅਤਾਂ ਦਾ ਜਿਹੜੇ ਇਹਨਾਂ ਟੀਮਾਂ ਨੂੰ ਸਪੌਂਸਰ ਕਰਦੇ ਆ। ਪਰ ਦੇਖਾਂਗੇ ਰੇਡ ਪਾਉਣ ਦੇ ਲਈ ਨੌਜਵਾਨ ਗੱਭਰੂ ਵਧਾਇਆ ਮੇਰੇ ਵੀਰੋ। ਉਧਰ ਸਰਦਾਰ ਸੁਰਜਣ ਸਿੰਘ ਜੀ ਚੱਠਾ ਸਾਹਿਬ ਕਹਿ ਰਹੇ ਆ ਕਿ 10-10 ਪਲੇਅਰ ਤੇ ਇੱਕ ਇੱਕ ਕੋਚ ਹੋਵੇਗਾ ਖੇਡ ਗਰਾਊਂਡ ਦੇ ਵਿੱਚ। ਨੋਟ ਕਰ ਲੈਣ ਲਓ ਭਿੰਦੇ ਮੂਲੇਵਾਲ ਖਹਿਰਿਆਂ ਵਾਲੇ ਨੇ ਐਨ ਸਿਰੇ ਦਾ ਜੱਫਾ ਲਾਇਆ ਤੇ ਕੌਡੀ ਗੁਜਰ ਟਿੱਬੇ ਵਾਲੀ ਦੀ ਤੇ ਗੱਲ ਅਮਰੀਕ ਕਰੇਗਾ। ਲਓ ਸਾਹਮਣੇ ਕਹਿੰਦੇ ਗੁੱਜਰ ਦੀ ਕਬੱਡੀ ਪੈ ਰਹੀ ਹੈ, ਇਹਦਾ ਕਹਿੰਦੇ ਟਿੱਬਾ ਪਿੰਡ। ਜਦੋਂ ਪਾਕਿਸਤਾਨ ਦੀ ਟੀਮ ਕਹਿੰਦੇ ਇੰਡੀਆ ਖੇਡਣ ਆਈ ਨਾ, ਉਹਨਾਂ ਨੇ ਮੱਖਣ ਵਾਲੀ ਨੂੰ ਆਖਿਆ ਭਾਜੀ ਬੋਲੋ ਅਸੀਂ ਸਾਰੇ ਗੁੱਜਰਾਂ ਦੇ ਮੁੰਡੇ ਹੈ। ਕਿੱਡੀ ਮਾਣ ਦੀ ਗੱਲ ਹੈ, ਇਹ ਕਹਿੰਦੇ ਗੁੱਜਰ ਟਿੱਬੇ ਵਾਲਾ ਹੈ। ਵੀ ਪਿੰਡੂਵਾਦੀ ਜਿਵੇਂ ਕਹਿੰਦੇ ਬਈ ਘਰ ਦਾ ਮੇਲਾ ਤੇਰਾ ਵੀ ਯਾਰਾ ਹੈ, ਇਹ ਕਹਿੰਦੇ ਹੌਲੈਂਡ ਵਾਲਾ ਮੇਲਾ ਹੈ ਜਿੱਥੇ ਅੱਜ ਰੌਣਕ ਲੱਗੀ ਹੈ। ਤੇ ਹੌਲੈਂਡ ਕਹਿੰਦੇ ਯੂਰਪ ਦਾ ਮਹਿੰਗਾ ਸ਼ਹਿਰ ਹੈ, ਐਂਡ ਫਿਰ ਲਈ ਕਹਿੰਦੇ ਉੱਥੇ ਸਕਸੈਸ ਹੁੰਦੇ ਹੈ ਜਿਹੜੇ ਸੱਚੇ ਦਿਲੋਂ ਮਿਹਨਤ ਕਰਦੇ ਹੈ। ਜੱਥਾ ਕਵੀ ਕਈ ਵਾਰੀ ਜਾਇਆ ਹੈ, ਟੈਕਸ ਵੀ ਬੜੇ ਹੈ, ਕਹਿੰਦੇ ਗੱਡੀਆਂ ਰੋਡਾਂ ਦੇ ਭਜਾਉਣੀਆਂ ਮਹਿੰਗੀਆਂ, ਤੇ ਕੋਈ ਸੌਖੀ ਗੱਲ ਨਹੀਂ ਹੈ। ਅੱਜ ਵੀਰ ਸਾਰੇ ਸਾਡੇ ਪੁੱਜ ਰਹੇ ਹੈ। ਉਧਰ ਸਾਡੇ ਹਰਬੰਸੋ ਹਰਬੰਸੂ ਜੀ, ਉਹਨਾਂ ਨੂੰ ਬੇਨਤੀ ਹੈ ਕਲੀ ਵਾਲਾ ਵੀਰ ਜ਼ਰੂਰ ਆਵੇ, ਕਿਉਂਕਿ ਕੁਝ ਲਾਈਨਾਂ ਜਿਹੜੀਆਂ ਵੱਧ ਪੈ ਰਹੀਆਂ। ਉਹ ਵੀਰ ਨੂੰ ਮੇਰੀ ਬੇਨਤੀ ਹੈ, ਉਹ ਜ਼ਰੂਰ ਆਵੇ ਸਾਡਾ ਵੀਰ, ਉਹ ਭਰਾ ਨੂੰ ਬੇਨਤੀ ਹੈ। 24 ਫਰਵਰੀ ਕਹਿੰਦੇ ਢੰਡਿਆਂ ਦਾ ਮੇਲਾ ਹੈ, ਢੰਡੇ ਪਿੰਡ ਦੇ ਵਿੱਚ ਰੌਣਕਾਂ ਲੱਗਣਗੀਆਂ। ਆਪ ਸਭ ਨੂੰ ਵੱਡੇ ਸਮੇਂ ਉਹ ਧਰਤੀ ਦੇ ਢੰਡੇ ਪਿੰਡ ਦੇ ਵਿੱਚ ਵੀ ਰੌਣਕਾਂ ਲੱਗਣਗੀਆਂ। ਚਮਕੌਰ ਸਾਹਿਬ ਦੀ ਟੀਮ, ਉਧਰ ਸਾਡੇ ਬੂਟਾ ਲੋਧੀ ਜੀ USA, ਬੂਟਾ ਢਿੱਲੋਂ USA, ਦਲਜੀਤ ਪਾਲੀ USA, ਕੁਲਵੰਤ ਸਿੰਘ USA, ਜੱਗਾ ਹੌਲੈਂਡ, ਜੱਗਾ ਨਾਗਰਾ USA, ਗੁਰਮਿਤ ਸੰਧੂ USA, ਬਹੁਤ ਵੱਡਾ ਕਹਿੰਦੇ ਸਹਿਯੋਗ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸਪੋਰਟਸ ਕਲੱਬ ਚਮਕੌਰ ਸਾਹਿਬ। ਚਮਕੌਰ ਸਾਹਿਬ ਦੀ ਟੀਮ ਕਹਿੰਦੇ ਸਿਰੇ ਦੀ ਟੀਮ ਹੈ, ਕਿ ਧੁੰਮਾਂ ਪੈ ਗਈਆਂ ਜਹਾਨ ਵਿੱਚ ਸਾਰੇ, ਲੱਭੀ ਨੇ ਜਦੋਂ ਤੁੱਲਾ ਜੰਮਿਆ, ਮੇਰੇ ਮਾਣਾ ਤੇਰੇ ਰੰਗ ਨੇ ਨਿਹਾਰੇ, ਲੱਭੀ ਨੇ ਜਦੋਂ ਤੁੱਲਾ ਜੰਮਿਆ। ਤੁੱਲਾ ਕਹਿੰਦੇ ਕਬੱਡੀ ਪਾ ਰਿਹਾ, ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਕੌਣ ਕਰਵਾਵੇਗਾ ਬੱਲੇ ਬੱਲੇ। ਲਓ ਸਾਹਮਣੇ ਨੌਜਵਾਨ ਐਂਡ ਕਹਿੰਦੇ ਤੋਂ
ਪਾਸੇ ਵੀ ਛੱਡ ਕੇ ਜਾਂਦੀ ਹੈ। ਇਹ ਕਹਿੰਦੇ ਖੁੱਡਾ ਵਾਲੀ ਸ਼ੇਰ ਦਾ ਨੌਜਵਾਨ ਪਹਿਲਾਂ ਇਹਦੀ ਕਹਿੰਦੇ ਖੇਡਿਆ ਯੂਰਪ ਦੇ ਵਿੱਚ ਪਹਿਲਾਂ ਕਹਿੰਦੇ ਨੌਜਵਾਨ ਜੱਫਾ ਨਹੀਂ ਲਾ ਸਕਿਆ ਢੋਲੀਏ ਵਾਲਿਆ ਆ ਵੀ ਉੱਥੇ ਮੁੰਡੇ ਜਿੱਥੇ ਪਹਿਲਾਂ ਸੀਗਾ ਲਓ ਅਨੰਦਪੁਰੀ ਆਮਨ ਰੇਡ ਪਾ ਰਿਹਾ ਮੇਰੇ ਵੀਰ ਜੋਲਾ ਵਾਲੇ ਕਹਿੰਦੇ ਤੀਰਥ ਦੇ ਨਾਲ ਟੱਕਰ ਹੋਈ ਹੈ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਤੇ ਫਿਰ ਭਾਂਬੜ ਮੱਚੇ ਚੰਗਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜਾ ਖੇਲਾ ਗੱਲ ਕਰਦਾ ਆਪਣੀ ਕਰਮ ਦੇ ਜ਼ਰੀਏ ਇਹਨਾਂ ਕਬੱਡੀ ਦੇ ਖਿਡਾਰੀਆਂ ਦੀ ਬਾਬਤ ਲੋ ਮਨਿੰਦਰ ਸਰਾਮ ਵਾਲਾ ਰੇਡ ਪਾਉਣ ਦੇ ਲਈ ਵਾਧਾ ਮੇਰੇ ਵੀਰੋ ਉਧਰ ਚਾਰ ਜਾਫੀ ਖੜੇ ਹੈ ਇੱਕ ਕਨੀ ਦੇ ਪਿੱਲਾ ਖੜੇ ਕੇ ਚਾਰ ਖੜੇ ਜਾਫੀ ਧਾਵੀ ਆ ਗਿਆ ਭੱਜ ਕੇ ਕੇ ਕੌਣ ਖਿੱਚੋ ਗਿੱਟੇ ਕੌਣ ਲੱਗੂ ਭੱਜ ਕੇ ਕੇ ਕਿਹਦੇ ਮੋਟੇ ਪੱਟ ਕਿਹਦੇ ਡਾਲੇ ਪਾਏ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਕਹਿੰਦੇ ਕਿਸ਼ਨਪੁਰੀਏ ਨੇ ਗੱਲਾਂ ਲਿਖੀਆਂ ਸਨ ਇੱਧਰ ਅਗਲੀ ਰੇਡ ਸਰਦਾਰ ਪਾਉਣ ਦੇ ਵੀ ਵਾਧਾ ਫਿਰ ਮੈਦਾਨ ਦੇ ਵਿੱਚ ਬੱਲਾ ਵਾਲਾ ਮਰਵੈਰ ਆਪਣੇ ਮੋਟਰਸਾਈਕਲ ਦੀ ਚਾਬੀ ਲੈ ਜਾਵੇ ਉਹ ਵੀਰ ਨੂੰ ਮੇਰੀ ਬੇਨਤੀ ਹੈ ਉੱਧਰ ਸਾਡੇ ਕੁਲਵੰਤ ਸਿੰਘ ਯੂਕੇ ਵਾਲੇ ਕਹਿੰਦੇ ਭਿੰਦਾ ਜੱਫਾ ਲਾਵੇ ਤੇ 500 ਦਿੱਤਾ ਜਾਵੇਗਾ ਭਿੰਦਾ ਜੱਫਾ ਲਾਵੇ ਤੇ 500 ਦਿੱਤਾ ਜਾਵੇਗਾ ਲਓ ਸ਼ਕਤੀਮਾਨ ਉਹ ਨਹੀਂ ਜਿਹੜਾ ਸ਼ਨਿਚਰਵਾਰ ਸਵਾ ਬਾਰਾਂ ਆਉਂਦਾ ਹੁੰਦਾ ਸੀ ਇੱਕ ਕਬੱਡੀ ਵਾਲਾ ਸ਼ਕਤੀਮਾਨ ਹੈ ਇੱਕ ਕਬੱਡੀ ਵਾਲਾ ਸ਼ਕਤੀਮਾਨ ਹੈ ਉਹਦੇ ਪਿੱਛੇ ਵੀ ਕਹਿੰਦੇ ਲੋਕਾਂ ਨੇ ਬੱਚਿਆਂ ਨੇ ਸਕੂਲੋਂ ਭੱਜ ਭੱਜ ਕੇ ਗੋਡੇ ਚਲਾਏ ਹੈ ਉਹ ਸ਼ਕਤੀਮਾਨ ਸਵਾ ਬਾਰਾਂ ਆਉਂਦਾ ਸੀਗਾ ਤੇ ਛੁੱਟੀ 12:30 ਮਿਲਦੀ ਸੀਗੀ ਬੱਚਿਆਂ ਨੇ ਸਕੂਲੋਂ ਭੱਜ ਭੱਜ ਕੇ ਗੋਡੇ ਚਲਾਏ ਹੈ ਬਿੰਦੂ ਫਰਾਲੇ ਵਾਲਾ ਫੈਸਲਾ ਕਰਦਾ ਅੰਕ ਰੇਡਰ ਦਾ ਲਓ ਕੁਲਵੰਤ ਕਕਰਾਲੀ ਵਾਲਾ ਰੇਡ ਪਾਉਂਦੇ ਵੀ ਵਾਧਾ ਮੇਰੇ ਵੀਰੋ ਦੁਨੀਆਂ ਦੇ ਕਹਿੰਦੇ ਮਹਾਨ ਖਿਡਾਰੀ ਪੁੱਜੇ ਹੋਏ ਅੱਜ ਦੇਸ਼ ਮਾਜੀਪੁਰ ਦੇ ਵੱਡੇ ਕਬੱਡੀ ਕੱਪ ਦੇ ਐਨ ਕੈਨੇਡਾ ਅਮਰੀਕਾ ਇੰਗਲੈਂਡ ਦੀਆਂ ਗਰਾਊਂਡਾਂ ਦੇ ਵਿੱਚ ਖੇਡਣ ਵਾਲੇ ਖਿਡਾਰੀ ਅੱਜ ਨਮਾਜੀਪੁਰ ਦੀ ਖੇਡ ਗਰਾਊਂਡ ਦੇ ਵਿੱਚ ਖੇਡਣਗੇ ਇੱਧਰ ਪਈ ਹੋਈ ਕਬੱਡੀ ਹੈ ਸਾਹਮਣੇ ਮੇਰੇ ਵੀਰੋ ਇੱਕ ਕੰਨੀ ਦੇ ਨੌਜਵਾਨ ਪੱਟੇ ਦੇ ਨਾਲ ਟੱਕਰ ਹੋਈ ਹੈ ਇਹ ਆ ਪੱਟਾ ਬੇਨੇੜੇ ਵਾਲਾ ਐਨ ਖੇਡ ਕਬੱਡੀ ਦੇ ਵਿੱਚ ਵੱਡਾ ਨਾਮ ਹੈ ਨੌਜਵਾਨ ਦਾ ਪਰ ਦੇਖਾਂਗੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਹੈ ਤੇ ਗੱਲ 30 ਸੈਕਿੰਡਾਂ ਤੇ ਮੁੱਕਣੀ ਹੈ ਰਿਸ਼ਤੇਦਾਰੀ ਕਹਿੰਦੇ ਰਿਸ਼ਤੇਦਾਰੀ ਨਾਲੋਂ ਵੱਧ ਗਈ ਹੈ ਹੁਣ ਜਿਹੜਾ ਪਿਆਰ ਹੈ ਉਹ ਕਹਿੰਦੇ ਬੜਾ ਵਧਿਆ ਹੋਇਆ ਮੇਰਾ ਸੱਚੇ ਭਾਈਸ਼ਾ ਵੀ ਲਓ ਫਿਰ ਕਹਿੰਦੇ ਸਾਹਮਣੇ ਰੇਡ ਚਮਕੌਰ ਸਾਹਿਬ ਦੀ ਧਰਤੀ ਦੇ ਕਰਮਾਂ ਵਾਲੀ ਧਰਤੀ ਹੈ ਉਹ ਕਹਿੰਦੇ ਕਰਮਾਂ ਵਾਲੀ ਧਰਤੀ ਹੈ ਕਿਤੇ ਅਜੀਤ ਸਿੰਘ ਕਿਤੇ ਜੁਝਾਰ ਸਿੰਘ ਦੀ ਗੱਲ ਚੱਲੀ ਹੈ ਮੇਰੇ ਮਿੱਤਰੋ ਉਹਦੇ ਕਹਿੰਦੇ ਕਰਮਾਂ ਵਾਲੀ ਧਰਤੀ ਹੈ ਅੱਜ ਟਿੱਕੀ ਸਾਡੇ ਭਰਾ ਦਾ ਵੀ ਪੈਰ ਧਰਤੀ ਤੇ ਨਹੀਂ ਲੱਗਦਾ ਉੱਧਰ ਕਹਿੰਦੇ ਦੇਖੋ ਸਾਹਮਣੇ ਕੌਣ ਇਹ ਕਹਿੰਦੇ ਔਲਖਾਂ ਵਾਲਾ ਅੰਮ੍ਰਿਤ ਜਿਹਨੇ ਟਰਾਈ ਕੀਤੀ ਹੈ ਲਾਲੀ ਵੀਰ ਨੇ ਇਸ਼ਾਰਾ ਕਰ ਦਿੱਤਾ ਵੀ ਜਿਹੜੀ ਵਾਟਰ ਬ੍ਰੇਕ ਹੋਈ ਹੈ ਉੱਧਰ ਵੱਡਾ ਧੰਨਵਾਦ ਹੈ ਸਾਡੇ ਸਰਦਾਰ ਸੇਵਾ ਸਿੰਘ ਜੀ ਰਾਣਾ ਆਟੋ ਬਾਡੀ ਵਾਲੇ ਬਲਵੀਰ ਸਿੰਘ ਜੀ ਢੀਰੀ USA ਬਖਸ਼ੀਰ ਸਿੰਘ ਜੀ ਲਾਲਾ ਹੋਲੈਂਡ ਨਮਾਜੀਪੁਰ ਜੱਗਾ ਹੋਲੈਂਡ ਤੋਤਾ ਮੱਲੀਆਂ ਜੀ ਤੇ ਨਾਲ ਸਾਡੇ ਸਤਿਕਾਰਯੋਗ ਬਿਕਰਮ ਬੈਂਸ ਭੰਗਲ ਕਲਾਂ ਵਾਲੇ ਤੋਤਾ ਮੱਲੀਆਂ ਜੀ ਜੋ ਸਾਡੇ ਵੀਰ ਰਹੇ ਉਹ ਰਣਵਾ ਦੀ ਟੀਮ ਦੇ ਮੇਨ ਸਪੌਂਸਰਾਂ ਦੇ ਵਿੱਚੋਂ ਇੱਕ ਨੇ ਮੈਂ ਸਭ ਦਾ ਧੰਨਵਾਦ ਕਰਾਂਗਾ ਜੋ ਟੀਮਾਂ ਦੇ ਸਪੌਂਸਰਸ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਸਿਰੇ ਦੀਆਂ ਟੀਮਾਂ ਹੈ ਤੇ ਸਿਰੇ ਦੀਆਂ ਟੀਮਾਂ ਦੇ ਵਿੱਚ ਸਿਰੇ ਦੇ ਖਿਡਾਰੀ ਅੱਜ ਨਮਾਜੀਪੁਰ ਦੀ ਧਰਤੀ ਸ਼ਾਹਕੋਟ ਦਾ ਏਰੀਆ ਹੈ ਸਾਰਾ ਦਿਨ ਕਹਿੰਦੇ ਕਬੱਡੀ ਦਾ ਗਿੱਧਾ ਪੈਣਾ ਉਧਰ ਸੁੱਖੀ ਬਰਾੜ ਜੀ ਭਾਗੀ ਕਹਿਣ ਵਾਲੇ ਇਹਨਾਂ ਦੇ ਕਹਿੰਦੇ ਨੈਸ਼ਨਲ ਕਬੱਡੀ ਦੇ ਵਿੱਚ ਦੁਨੀਆਂ ਨੂੰ ਦੱਸਿਆ ਹੈ ਵੀ ਸੁੱਖੀ ਕੌਣ ਹੈ ਵੀ ਸੁੱਖੀ ਕੌਣ ਹੈ ਇਧਰ ਕਹਿੰਦੇ ਰਮਨ ਦੀ ਰੇਡ ਨਵੀਂ ਸੁੱਖ ਕਰ ਵੀ ਗੱਲ ਮੁੰਡੇ ਦੀ ਲਓ ਮੰਨੀਏ ਵਾਲਾ ਰਮਨ ਰੇਡ ਪਾ ਰਿਹਾ ਮੇਰੇ ਵੀਰੋ ਐਨ ਨੌਜਵਾਨ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਲਓ ਬਿੱਲਾ ਹੈ ਖੋਡਾ ਵਾਲੀ ਸ਼ੇਰ ਵਾਲਾ ਪਰ ਦੇਖਾਂਗੇ ਮੱਲੀਆਂ ਦਾ ਰਮਨ ਤਗੜੇ ਪਾਉਣ ਦਾ ਵਾਧਾ ਆਪਣੀ ਟੀਮ ਦੇ ਉੱਤੇ ਕਰਦਾ ਹੈ ਇਹ ਆ ਮਕੰਦਪੁਰੀ ਆ ਅਮਨ ਮੇਰੇ ਵੀਰੋ ਇੱਕ ਲੋਕੋ ਦਾ ਅਮਨ ਕਬੱਡੀ ਦਾ ਮਹਾਨ ਬੁਲਾਰਾ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਹੈ ਰੁਪਿੰਦਰ ਜਲਾਲ ਜੀ ਦਾ ਵੀ ਧੰਨਵਾਦ ਤਾਰਾ ਕਿਸ਼ਨਪੁਰੀ ਆ ਬਿੱਟੂ ਪਿਆਰੀ ਪਰ ਸਾਡੀ ਖੇਡ ਕਬੱਡੀ ਦੇ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਖੇਡ ਕਬੱਡੀ ਦੀ ਬਾਤ ਪਾਉਂਦੇ ਆ ਪਰ ਦੇਖਾਂਗੇ ਰੇਡ ਪਾਉਣ ਦੇ ਲਈ ਅਮਨ ਵਧਾਇਆ ਨੌਜਵਾਨ ਗੁਰਦੀਪ ਮਾਧੋਪੁਰੀਏ ਨੂੰ ਹਲਕਾ ਜਿਹਾ ਟੱਚ ਕੀਤਾ ਤੇ ਪਾਉਣ ਦਾ
वादा करना कि भाफड़ शर का शरीर ते ना बलवीर के जापियां दे उत्ते बन के तूफान चुला के मचदा ग्यार कबड्डी दा बगियां दा दुला के मचदा ग्यार कबड्डी दा बगियां दा दुला रवि अमरीक कर गल खेड दे मैदान दे विच चलो ग्यार कबड्डी दा जदों लोकां नूं पता लग गया वी दुला किहदे इंडिया आ रहा ते लोकी अड्डियां चुक चुक के जहाज देखदे सन कि दुला किहड़े जहाज दे विच आ रहा है हुण पाले दा किहदे इंतजार कीता जा रहा है नौथ इंडिया दी धुम किहदे दुनिया दे विच पई आ वी किहदे पाला वी पुजू इक दो दिनां दे विच पाला वी किहदे पुजूगा मेरे मित्रों नौ सामने किहदे सिंह चमकौर साहब दी धरती आ उधर बूटा भाजी किहदे आए होए आ चार मार्च नूं किहदे टल्लेवाल दे विच रौनकां लगण गईआं इधर किहदे सिंह ने औखा वाला छेड़ लिया बल्ले बल्ले करवाई है बिंदू फराह सदा वीर करू फैसले जटा दे पुत पतंदर बने सी खड़े सिकंदर धक्के नाल लै गए अंदर धक्के नाल लै गए अंदर तेरी सुख चूना जरूर पावांगे देखांगे नौजवान कलवंत ककराली ते पट्टा बेंदड़े वाला है मेरे वीरो जेड़े पिंड दा कहिंदे निंदी जेड़े पिंड दा लभी उहनां दा पेंडू है नौजवान नन्नी ਪਾਲਪੁਰੀਆ ਝੋਟੇ ਜੀ ਨਹੀਂ ਜਾਣ ਵਾਲਾ ਨੌਜਵਾਨ ਰੇਡ ਪਾਉਣ ਦੇ ਲਈ ਵੱਧ ਹੈ ਦੇਖਾਂਗੇ ਵੱਖਰਾ ਜਿਹਾ ਸਰੀਰ ਹੈ ਮੇਰੇ ਵੀਰੋ ਵਾਧੂ ਮਾਸ ਕਹਿੰਦੇ ਪਿੰਡੇ ਦੇ ਉੱਪਰ ਨਜ਼ਰ ਨਹੀਂ ਆਉਂਦਾ ਕੀਤੀ ਹੋਈ ਮਿਹਨਤ ਦੱਸਦੀ ਸੁਨਾਜਣ ਦੀ ਗੋਪਾਲਪੁਰੀਏ ਨੰਨੀ ਦੀ ਕਬੱਡੀ ਤੇ ਗੱਲ ਅਮਰੀਕ ਕਰੇਗਾ ਲਓ ਸਾਹਮਣੇ ਕਹਿੰਦੇ ਗੋਪਾਲਪੁਰੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਸਾਹਮਣੇ ਇੱਕ ਪਾਸੇ ਕਹਿੰਦੇ ਝੋਟੇ ਜੀ ਨਹੀਂ ਜਾਣ ਲਓ ਕਰਮ ਹੈ ਕਹਿੰਦੇ ਧਨਾਸ ਵਾਲਾ ਮੇਰੇ ਕਹਿੰਦੇ ਧਨਾਸ ਵਾਲਾ ਜਿੱਥੇ ਕਮਾਈਆਂ ਦਿੱਤੀਆਂ ਜਾਣੀਆਂ ਗੱਲਾਂ ਹੋ ਗਈਆਂ ਵੱਡੇ ਮੇਲੇ ਕਹਿੰਦੇ ਵੱਡੀਆਂ ਰੌਣਕਾਂ ਪਰ ਅੱਜ ਕਹਿੰਦੇ ਜਿਹੜਾ ਵੱਡਾ ਮੇਲਾ ਨਮਾਜੀਪੁਰ ਦੀ ਧਰਤੀ ਦੇ ਰੌਣਕਾਂ ਲਈ ਹੈ ਪਹਿਲਾਂ ਆਖਿਆ ਸੁੱਖ ਨੇ ਵੀ ਮੁੱਢ ਚ ਝੋਟੇ ਜੀ ਨਹੀਂ ਯਾਰ ਪਤਾ ਲੱਗਦਾ ਵੀ ਇਕੱਲੇ ਜ਼ੋਰ ਕੁਝ ਨਹੀਂ ਕਰਦੇ ਇਕੱਲੀਆਂ ਤਕਨੀਕਾਂ ਕੁਝ ਨਹੀਂ ਕਰਦੀਆਂ ਇਕੱਲੇ ਦਿਮਾਗ ਕੁਝ ਨਹੀਂ ਕਰਦੇ ਕਿਸਮਤ ਵੀ ਬੜਾ ਮੈਟਰ ਕਰਦੀ ਹੈ ਕਿਸਮਤ ਵੀ ਕਹਿੰਦੇ ਬੜਾ ਮੈਟਰ ਕਰਦੀ ਹੈ ਜੇ ਇਕੱਲਾ ਦਿਮਾਗ ਕੁਝ ਕਰਦਾ ਹੁੰਦਾ ਨਾ ਤੇ ਬੀਰਬਲ ਸਾਰੀ ਉਮਰ ਸਲਾਹਾਂ ਨਾ ਦਿੰਦਾ ਰਹਿੰਦਾ ਉਹ ਵੀ ਰਾਜਾ ਹੋਣਾ ਸੀ ਉਹ ਕਹਿੰਦੇ ਗੁੱਜਰ ਦੀ ਰੇਡ ਪੈ ਰਹੀ ਹੈ ਇਧਰ ਟਿੱਬੇ ਵਾਲੇ ਵੀ ਕਹਿੰਦੇ ਭਰੀ ਟਰੱਕ ਚੜਾਈ ਹੈ ਸੁਲਤਾਨਪੁਰ ਕਹਿੰਦੇ ਲੋਧੀ ਦਾ ਏਰੀਆ ਤੇ ਸ਼ੀਹੋ ਮਾਜਰਾ ਪਿੰਡ ਫੌਜੀ ਦਾ ਜਿਹਨੇ ਟਰਾਈ ਕੀਤੀ ਹੈ ਸ਼ੀਹੋ ਮਾਜਰਾ ਪਿੰਡ ਹੈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਇਸ ਤੇ ਜੁੜਦਾ ਹੈ ਕਿ